ਤੇ ਉਹ ਖੜਗ ਗੁਰੂ ਖਾਲਸਾ ਜੀ ਵਿਸ਼ਨੂੰ ਜੀ ਨੂੰ ਬ੍ਰਹਮਾ ਨੇ ਦਿੱਤੀ ਅਤੇ ਵਿਸ਼ਨੂੰ ਜੀ ਨੇ ਉਹਨਾਂ ਦਾ ਸੰਹਾਰ ਕੀਤਾ ਤੇ ਫਿਰ ਉਹ ਖੜਗ ਦੇ 32 ਨਾਮ ਬ੍ਰਹਮਾ ਜੀ ਨੇ ਉਚਾਰ ਕਰਕੇ ਤੇ ਖੜਗ ਦੀ ਪੂਜਾ ਤੇ ਅਰਚਨਾ ਕੀਤੀ। ਇਹ ਆਪ ਜੀ ਨੇ ਕੱਲ ਦੇ ਦੀਵਾਨਾਂ ਵਿੱਚ ਕਥਾ ਸਰਵਣ ਕੀਤੀ ਸੀ। ਸੋ ਗੁਰੂ ਖਾਲਸਾ ਜੀ ਕਿਰਪਾਨ ਦੇ 32 ਵਾਰ ਹੁੰਦੇ ਨੇ ਤੇ ਧਨੁਰਵੇਦ ਵਿੱਚ ਵੀ ਲਿਖਿਆ ਹੈ ਤੇ ਮਹਾਨ ਕੋਸ਼ ਦੇ ਵਿੱਚ ਵੀ ਲਿਖਿਆ ਹੈ। ਇਸ ਵਾਸਤੇ ਬ੍ਰਹਮਾ ਜੀ ਨੇ ਕਿਰਪਾਨ ਦੇ 32 ਨਾਮ ਲਏ ਹਨ। ਜਿਵੇਂ ਸੂਰਜ ਬੰਸੀ ਸੂਰਜ ਦੇ 12 ਨਾਮ ਲੈਂਦੇ ਨੇ ਕਿਉਂਕਿ ਸੂਰਜ ਗੁਰੂ ਖਾਲਸਾ ਜੀ 12 ਰਾਸ਼ੀਆਂ ਵਿੱਚ ਜਾਂਦਾ ਹੈ। ਉਹਦੇ 12 ਘਰ ਨੇ, 12 ਟਿਕਾਣੇ ਨੇ, ਇਸ ਵਾਸਤੇ 12 ਸੂਰਜ ਕਹਿੰਦੇ ਨੇ ਤੇ 12 ਵਾਰੀ ਉਹਦਾ ਜਾਪ ਕੀਤਾ ਜਾਂਦਾ ਹੈ। ਜਿਹੜਾ ਉਹ 12 ਨਾਮ ਨੂੰ ਇਕੱਤਰਿਤ ਕਰਕੇ 12 ਨਾਵਾਂ ਦਾ ਸੂਰਜ ਸਤੋਤਰ ਹੈ, ਸੂਰਜ ਕਵਚ ਹੈ। ਇਸੇ ਤਰ੍ਹਾਂ ਇਹਦੇ ਵਿੱਚ 32 ਨਾਮ ਲਏ ਨੇ, ਇਹਦਾ ਵਿਧਾਨ ਹੈ ਕਿ 32 ਵਾਰ ਪਾਠ ਕਰਨਾ ਹਰ ਰੋਜ਼ ਗੁਰੂ ਕੇ ਸਿੱਖ ਵੀਰ ਆਸਨ ਹੋ ਕਰਕੇ ਤੇ ਇਹਦਾ 32 ਵਾਰ ਪਾਠ ਕਰਦੇ। ਮਹਾਂਪੁਰਖ ਬਾਬਾ ਮਿਤ ਸਿੰਘ ਸਾਹਿਬ ਜੀ ਜਿਹੜੇ ਮਾਤਾ ਸਾਹਿਬ ਦੇਵਾਂ ਜੀ ਦੇ ਸਥਾਨ ਦੇ ਉੱਪਰ ਲੰਮਾ ਸਮਾਂ ਰਹੇ ਤੇ ਉਹਨਾਂ ਦੇ ਇੱਕ ਵਿਦਿਆਰਥੀ ਹੋਏ ਗਿਆਨੀ ਕਿਰਪਾਲ ਸਿੰਘ ਜੀ ਵੜੈ, ਕਿਉਂਕਿ ਗੁਰੂ ਖਾਲਸਾ ਜੀ ਵਿੱਦਿਆ ਦੇ ਧਵਜ ਹੋਏ ਨੇ ਮਹਾਂਪੁਰਖ ਤੇ ਉਹਨਾਂ ਨੇ ਆਪਣੇ ਸਮੇਂ ਵਿੱਚ ਵਿੱਦਿਆ ਦਾ ਬਹੁਤ ਵਰਤਾਰਾ ਵਰਤਾਇਆ। ਮਹਾਂਪੁਰਖ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੀ, ਇਹ ਵੀ ਬਾਬਾ ਮਿਤ ਸਿੰਘ ਸਾਹਿਬ ਜੀ ਦੇ ਵਿਦਿਆਰਥੀ ਸਨ। ਸਾਹਿਬ ਬਾਬਾ ਸੰਤਾ ਸਿੰਘ ਜੀ, ਉਹ ਵੀ ਬਾਬਾ ਮਿਤ ਸਿੰਘ ਸਾਹਿਬ ਜੀ ਦੇ ਵਿਦਿਆਰਥੀ ਸਨ। ਬਾਬਾ ਸੰਤ ਸਿੰਘ ਜੀ ਬੱਗੇ ਘੋੜੇ ਵਾਲੇ, ਉਹੀ ਬਾਬਾ ਮਿਤ ਸਿੰਘ ਜੀ ਦੇ ਗੁਰਭਾਈ ਸਨ, ਇਕੱਠੇ ਹੀ ਪੜ੍ਹਦੇ ਰਹੇ ਨੇ। ਬਾਬਾ ਗੁਰਮੁਖ ਸਿੰਘ ਸਾਹਿਬ ਜੀ ਅਤੇ ਬਾਬਾ ਮਿਤ ਸਿੰਘ ਸਾਹਿਬ ਜੀ, ਇਹ ਸਾਰੇ ਮਹਾਂਪੁਰਖ ਇਕੱਠੇ ਹੀ ਰਹੇ ਹਨ। ਸੋ ਗੁਰੂ ਖਾਲਸਾ ਸਾਧ ਸੰਗਤ ਜੀ, ਬਾਬਾ ਮਿਤ ਸਿੰਘ ਸਾਹਿਬ ਜੀ ਬ੍ਰਹਮ ਕਵਚ ਦੀ ਮਰਿਆਦਾ ਦੱਸਦੇ ਹੁੰਦੇ ਸੀ, ਜੋ ਗਿਆਨੀ ਕਿਰਪਾਲ ਸਿੰਘ ਜੀ ਵੜੈਚ ਉਹਨਾਂ ਨੇ ਲਿਖੀ ਹੈ। ਕਹਿੰਦੇ ਆ ਜਿਹੜਾ ਬਚਨ ਆਉਂਦਾ ਹੈ ਨਾ, ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋਗ। ਜਿਵੇਂ ਬ੍ਰਹਮੇ ਨੇ ਹਿਮਾਲਿਆ ਦੇ ਉੱਪਰ ਹਵਨ ਕੀਤਾ ਸੀ, ਉਹਨੇ 125,000 ਪਾਠ ਕੀਤਾ ਤੇ ਫਿਰ ਉਹ ਖੜਗ ਰੂਪ ਦੇ ਵਿੱਚ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋਈ ਸੀ ਤੇ ਉਹ ਇਹ ਦੱਸਦੇ ਸੀ ਵੀ ਇਹ ਹਵਨ ਕਿਵੇਂ ਕਰਨਾ। ਕਹਿੰਦੇ ਸੀ ਵੀ 41 ਦਿਨ ਦਾ ਸਮਾਂ ਰੱਖਣਾ ਹੈ ਤੇ ਰੋਜ਼ 33 ਮਾਲਾ ਕਰਨੀ, 78 ਮਾਲਾ, ਤੇ ਨਿਰਮਲ ਆਸਣ ਰੱਖਣਾ ਹੈ ਤੇ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ, ਕੇਸੀ ਇਸ਼ਨਾਨ ਕਰਕੇ ਨਿਰਮਲ ਵਸਤਰ ਪਾ ਕਰਕੇ ਤੇ ਜੰਗੀ ਬਾਣਾ ਰੱਖਣਾ ਹੈ, ਗੋਲਾ ਪਾਉਣਾ ਹੈ, ਕਮਰ ਕੱਸਾ ਲਾਉਣਾ ਹੈ, ਵੱਡੀ ਕਿਰਪਾਨ ਗਾਤਰੇ ਸਜਾਉਣੀ ਹੈ, ਫਿਰ ਬ੍ਰਹਮਚਰਜ ਰੱਖਣਾ ਹੈ, ਉਨੇ ਦਿਨ ਕੋਈ ਗ੍ਰਸਤ ਭੋਗ ਵਿਲਾਸ ਨਹੀਂ ਕਰਨਾ, ਫਿਰ ਪਾਠ ਦਾ ਸਮਾਂ ਇੱਕ ਰੱਖਣਾ ਹੈ। ਜਿੱਦਣ ਅੱਜ ਪਾਠ ਸ਼ੁਰੂ ਕੀਤਾ ਹੈ ਉਦਣ ਹੀ ਕੱਲ ਕਰਨਾ ਹੈ, ਪਰਸੋਂ ਕਰਨਾ ਹੈ, 41 ਦਿਨ ਇੱਕੋ ਹੀ ਸਮਾਂ ਰੱਖਣਾ। ਫਿਰ ਕੁੰਭ ਰੱਖਣਾ ਹੈ, ਧੂਪ ਜੋਤ ਜਗਾਉਣੀ ਹੈ, ਅਤੇ ਆਰੰਭ ਵੇਲੇ ਜੋਤ ਜਗਾ ਲੈਣੀ ਹੈ ਅਤੇ ਸਮਾਪਤੀ ਵੇਲੇ ਜੋਤ ਜਿਹੜੀ ਹੈ ਉਹ ਫਤਿਹ ਕਰ ਦੇਣੀ ਹੈ, ਜੋਤ ਨੂੰ ਵੱਡਿਆਂ ਕਰ ਦੇਣਾ। ਫਿਰ ਕਹਿੰਦੇ ਸੱਤ ਪ੍ਰਕਾਰ ਦੇ ਮੇਵੇ ਰੱਖੇ, ਉਹ ਮੇਵੇ ਕਿਹੜੇ ਲਿਖੇ ਨੇ, ਇੱਕ ਅਖਰੋਟ, ਸੌਗੀ, ਨਿਉਜੇ, ਪਿਸਤਾ, ਕਾਜੂ, ਬਦਾਮ ਗਿਰੀ ਅਤੇ ਸੁੱਕੇ ਮੇਵੇ। ਇਹ 7 ਪ੍ਰਕਾਰ ਦੇ ਮੇਵੇ ਬੰਨ ਕੇ ਰੱਖ ਲੈਣੇ ਆ ਅਤੇ ਇਹਨਾਂ ਨੂੰ 41ਵੇਂ ਦਿਨ ਹੀ ਖੋਲ੍ਹਣਾ ਹੈ। ਹੋਰ ਜਿੰਨਾ ਮਰਜ਼ੀ ਮੇਵੇ ਵੱਧ ਰੱਖ ਲਓ, ਲੌਂਗ ਰੱਖ ਲਓ, ਇਲਾਚੀਆਂ ਰੱਖ ਲਓ, ਉਹ ਵੱਖਰੀ ਗੱਲ ਹੈ, 7 ਪ੍ਰਕਾਰ ਦੇ ਮੇਵੇ ਜ਼ਰੂਰ ਰੱਖੀਏ। ਇਹ ਸਰਬਲੋ ਦੀ ਮਰਿਆਦਾ ਵੀ ਐਸੀ ਹੀ ਹੈ। ਫਿਰ ਇੱਕ ਵੱਡਾ ਪਲੰਘਾ ਲਾਉਣਾ ਹੈ, ਉਹਦੇ ਉੱਪਰ ਕਿਰਪਾਨ ਰੱਖਣੀ ਹੈ, ਖੜਗ ਰੱਖਣੀ ਹੈ, ਖੰਡਾ ਰੱਖਣਾ ਹੈ, ਹੋਰ ਸ਼ਸਤਰ ਸਜਾਉਣੇ ਨੇ, ਕਿਉਂਕਿ ਗੁਰੂ ਖਾਲਸਾ ਜੀ ਇਹ ਸ਼ਸਤਰਾਂ ਦਾ ਹੀ ਕਵਚ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿੱਥੇ ਬੈਠਦੇ ਹੁੰਦੇ ਸੀ ਨਾ,
ਉੱਥੇ ਗੁਰੂ ਖਾਲਸਾ ਜੀ ਦੋ ਪਲੰਘੇ ਲਾਉਂਦੇ ਹੁੰਦੇ ਸੀ, ਇੱਕ ਪਲੰਘੇ ਦੇ ਸ਼ਸਤਰ ਰੱਖਣੇ ਤੇ ਇੱਕ ਪਲੰਘੇ ਦੇ ਉੱਪਰ ਸਤਿਗੁਰੂ ਸਾਹਿਬ ਜੀ ਨੇ ਆਪ ਬੈਠਣਾ, ਇੱਕ ਚੌਰ ਸਤਿਗੁਰਾਂ ਤੇ ਹੋਣਾ ਤੇ ਇੱਕ ਪਲੰਘੇ ਤੇ ਹੋਣਾ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜਦੋਂ ਕੋਟਕਪੁਰੇ ਗਏ ਨੇ ਤੇ ਉੱਥੇ ਸਤਿਗੁਰੂ ਸਾਹਿਬ ਨੇ ਦੋ ਪਲੰਘੇ ਲਾਏ, ਇੱਕ ਦੇ ਸ਼ਸਤਰ ਪ੍ਰਕਾਸ਼ ਕਰਾਏ, ਇੱਕ ਦੇ ਆਪ ਬੈਠੇ। ਤਖਤਾਂ ਦੇ ਵੀ ਇਹੋ ਹੀ ਮਰਿਆਦਾ ਹੈ, ਸ਼ਸਤਰ ਉੱਚੇ ਪ੍ਰਕਾਸ਼ ਨੇ, ਸਤਿਗੁਰੂ ਜੀ ਹੇਠਾਂ ਬੈਠੇ। ਤੇ ਕਪੂਰਾ ਚੌਧਰੀ ਆਇਆ, ਉਹਨੇ ਧੋਣੀ ਚਾਦਰ ਬੱਧੀ ਹੋਈ ਸੀ, ਭੱਟਾ ਉੱਡੇ ਤੇ ਸ਼ਸਤਰਾਂ ਦੇ ਪਲ। ਤੇ ਭਾਈ ਮਲਿਆਕਰ ਸਿੰਘ ਨੇ ਕਿਹਾ, ਉਹ ਚੌਧਰੀ ਸੂਰਿਆ ਪ੍ਰਕਾਸ਼ ਵਿੱਚ ਲਿਖੀ ਹੈ ਕਥਾ, ਤੂੰ ਆਪਣੀ ਚਾਦਰ ਸਾਂਭ ਕੇ ਚੱਲ, ਸ਼ਸਤਰਾਂ ਦੇ ਘੱਟਾ ਪੈਂਦਾ ਹੈ, ਤੈਨੂੰ ਨਹੀਂ ਪਤਾ ਖਾਲਸੇ ਦੇ ਪੀਰ ਬੈਠੇ ਨੇ। ਉਹਨੇ ਗੁੱਸਾ ਵੀ ਕੀਤਾ ਵੀ ਮੇਰੀ ਬੇਇੱਜ਼ਤੀ ਕੀਤੀ ਸਿੰਘਾਂ ਨੇ, ਤੇ ਮਹਾਰਾਜ ਦੇ ਕੋਲ ਗਿਆ। ਮਹਾਰਾਜ ਨੂੰ ਕਹਿਣ ਲੱਗਾ ਵੀ ਤੁਸੀਂ ਤੇ ਗੁਰੂ ਹੋਏ, ਤੁਹਾਨੂੰ ਮੱਥਾ ਟੇਕਿਆ, ਚੌਰ ਝੁੱਲਿਆ, ਸ਼ਸਤਰਾਂ ਦਾ ਕੋਈ ਪਲੰਘਾ ਲਾਇਆ? ਇਹ ਤੇ ਲੋਹਾ ਹੀ ਹੈ, ਕਿਰਪਾਨਾਂ ਦੀ ਗਾਦੀ ਪੂਜਾ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਚੰਦੋਆ ਕਿਹਦੇ ਤੇ ਝੁੱਲਦਾ ਤੇ ਪਲੰਘਾ ਕਿਹਦਾ ਲੱਗਦਾ? ਕਹਿਣ ਲੱਗਾ, ਮਹਾਰਾਜ ਪੀਰਾਂ ਦਾ, ਗੁਰੂਆਂ ਦਾ। ਕਹਿਣ ਲੱਗੇ, ਅਸੀਂ ਤੁਹਾਡੇ ਪੀਰ ਹੈ, ਸ਼ਸਤਰ ਸਾਡੇ ਪੀਰ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਸ ਕੁਰਪਾਨ ਖੰਡੋ ਖੜਗ, ਤੁਪਕ ਤਬਰੇ ਅਰ ਤੀਰ, ਸਹਿਬ ਸਰੋਹੀ ਸਹਿਹਤੀ ਜਹ ਹਮਾਰੇ ਪੀਰ। ਮਹਾਰਾਜ ਪਲੰਘਾ ਲਾਉਂਦੇ ਹੁੰਦੇ ਸੀ, ਘਰਾਂ ਵਿੱਚ ਵੀ ਚਾਹੀਦਾ ਹੈ ਵੀ ਸ਼ਸਤਰਾਂ ਦਾ ਆਸਣ ਬਣਿਆ ਹੋਵੇ ਤੇ ਉਹਦੇ ਉੱਪਰ ਸ਼ਸਤਰ ਛੁਭਾਏ ਮਾਣ ਕੀਤੀ ਜਾਣ। ਪਹਿਲੀ ਇਹ ਤਖਤਾਂ ਦੀ ਮਰਿਆਦਾ ਸੀ, ਜਿੱਥੇ ਗੁਰੂ ਖਾਲਸਾ ਜੀ ਸੱਚਖੰਡ ਹਜ਼ੂਰ ਸਾਹਿਬ ਵਾਲੇ ਸਥਾਨਾਂ ਦੀ ਸ਼ਸਤਰੀ ਪ੍ਰਕਾਸ਼ ਹੁੰਦੀ ਸੀ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਣੇ, ਛਾਪੇ ਆਏ, ਉੱਥੇ ਝਗੜਾ ਵੀ ਹੋਇਆ। ਕਹਿਣ ਲੱਗੇ ਨੇ, ਇੱਥੇ ਸ਼ਸਤਰ ਪ੍ਰਕਾਸ਼ ਹੁੰਦੇ, ਮਹਾਰਾਜ ਨਹੀਂ ਪ੍ਰਕਾਸ਼ ਹੁੰਦੇ। ਉੱਥੇ ਪੁਰਾਣੀ ਧਾਰਨਾ ਬਣੀ ਹੋਈ ਸੀ, ਉੱਥੇ ਫਿਰ ਸਿਆਣਿਆਂ ਨੇ ਸਮਝਾਇਆ ਵੀ ਦਿਨੇ ਮਹਾਰਾਜ ਦਾ ਪ੍ਰਕਾਸ਼ ਕਰ ਲਿਆ ਕਰੋ ਤੇ ਰਾਤ ਨੂੰ ਮਹਾਰਾਜ ਦੇ ਤਖਤਾਂ ਦੇ ਸ਼ਸਤਰ ਪ੍ਰਕਾਸ਼ ਕਰ ਦਿਆ ਕਰੋ। ਕੋਈ ਵੀ ਸਤਿਗੁਰਾਂ ਦਾ ਤਖਤ ਵਿਹਲਾ ਨਹੀਂ ਸੀ ਛੱਡਿਆ ਜਾਂਦਾ, ਰਾਤ ਨੂੰ ਸ਼ਸਤਰ ਪ੍ਰਕਾਸ਼ੀ ਜਾਂਦੇ ਸੀ, ਫਿਰ ਦਿਨੇ ਮਹਾਰਾਜ ਦਾ ਪ੍ਰਕਾਸ਼ ਕਰ। ਇਸ ਲਈ ਉਹ ਦੱਸਦੇ ਹੁੰਦੇ ਸੀ ਪਲੰਘਾ ਲਾ ਕੇ ਤੇ ਉਹਦੇ ਉੱਪਰ ਸ਼ਸਤਰ ਸਜਾਉਣੇ ਨੇ ਤੇ ਸੰਤੋਖਣੇ ਨੇ ਰੋਜ਼, ਤੇ ਫਿਰ ਬੇਰੀ ਦੇ ਕੋਲਿਆਂ ਦੇ ਉੱਪਰ ਧੂਪ ਪਾਉਣੀ ਹੈ ਤੇ ਪਾਠ ਕਰਨਾ ਸਵਾ ਲੱਖ, ਤੇ ਫਿਰ ਸਾਹਿਬ ਜੀ ਦੀ ਮਹਾਨ ਕਿਰਪਾ ਵਰਤੇਗੀ। ਜਿਹੜਾ ਵੀ ਕੋਈ ਕੰਮ ਜੰਗ ਦਾ ਅੜਿਆ ਹੋਵੇਗਾ ਜਾਂ ਕਿਸੇ ਨੇ ਕੋਈ ਘਰ ਦਾ ਕੰਮ ਕਾਜ ਆਪਣਾ ਚਲਾਉਣਾ ਹੋਵੇ, ਉਹ ਚੱਲ ਪਵੇਗਾ, ਕਿਉਂਕਿ ਅੱਗੇ ਫਲ ਸਾਰਾ ਦੱਸਣਾ। ਸੋ ਬ੍ਰਹਮੇ ਨੇ ਜਿਹੜੇ ਉਹ 32 ਨਾਮ ਲਏ ਤੇ ਉਹਨੇ ਬ੍ਰਹਮ ਕਵਚ, ਕਵਚ ਮੈਨੇ ਹੁੰਦਾ ਰੱਖਿਆ ਮੰਤਰ, ਜਿਵੇਂ ਗੁਰੂ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ, ਤਾਤੀ ਵਾਹ ਉਹਨਾਂ ਲੱਗਾ ਹੀ ਸਿਰ ਮਸਤਕ ਵਾਲਾ ਸ਼ਬਦ ਆਉਂਦਾ ਹੈ। ਇਹ ਸਾਰੇ ਕਵਚ ਨੇ, ਜਿਹੜਾ ਇਸ਼ਟ ਦੇਵ ਹੁੰਦਾ ਹੈ ਉਹਦਾ ਇੱਕ ਕਵਚ ਹੁੰਦਾ ਹੈ, ਇੱਕ ਸਤੋਤਰ ਹੁੰਦਾ, ਕਵਚ ਹੁੰਦਾ ਹੈ ਰੱਖਿਆ ਮੰਤਰ, ਅੱਗੇ ਹੁੰਦਾ ਹੈ ਸਤੋਤਰ ਜਿਹਦੇ ਵਿੱਚ ਉਸਤਤ ਕੀਤੀ ਹੋਵੇ। ਅਕਾਲ ਪੁਰਖ ਪਰਮੇਸ਼ਰ ਦਾ ਵੀ ਕਵਚ ਲਿਖਿਆ ਜਾਪ ਸਾਹਿਬ ਵਿੱਚ 32 ਨਾਵਾਂ ਵਾਲਾ, ਏਕ ਸ਼੍ਰੀ ਛੰਦ ਜਿੱਥੇ ਆਉਂਦਾ। ਅਤੇ ਕਵਚ ਦੀ ਇਹ ਮਰਿਆਦਾ ਹੁੰਦੀ ਹੈ ਵੀ ਜਾਂ ਉਹਦੇ ਵਿੱਚ 32 ਅਤੇ ਜਾਂ 108 ਨਾਮ ਲਏ ਜਾਣ, ਇਹ ਮਰਿਆਦਾ ਹੈ। ਸੋ ਬ੍ਰਹਮੇ ਨੇ ਕਿਰਪਾਨ ਦੇ 32 ਨਾਮ ਲਏ, ਉਹਦਾ ਕਾਰਨ ਕੀ ਹੈ? ਕਿਰਪਾਨ ਦੇ 32 ਵਾਰ ਧਨੁਰਵੇਦ ਵਿੱਚ ਲਿਖੇ ਨੇ ਅਤੇ ਇਹਦਾ ਪਾਠ 32 ਵਾਰ ਹੀ ਕਰਨਾ, 108 ਵਾਰ ਨਹੀਂ, ਜਿਹੜਾ ਰੋਜ਼ਾਨਾ ਨਿਤਨੇਮ 'ਚ ਕਰਨਾ। ਜੇ 32 ਵਾਰ ਹੋ ਜਾਵੇ ਬਹੁਤਾ ਚੰਗਾ, ਜੇ ਇੱਕ ਵਾਰੀ ਵੀ ਪੜਿਆ ਜਾਵੇ ਤਾਂ ਵੀ ਭਲਾ ਤਾਂ ਹੋਵੇਗਾ। ਜਿਹੜੀ 125,000 ਦੀ ਮਰਿਆਦਾ ਏ, ਉਹ ਇਹ ਹੈ ਸਵਾਓ ਪਿਆਰ ਦੇ ਨਾਲ ਜਿਹੜੇ ਕਿਰਪਾਨ ਦੇ 32 ਨਾਮ ਨੇ ਅਤੇ ਉਹਨਾਂ ਦੀ ਕਥਾ ਆਪਾਂ ਸਰਵਣ ਕਰੀਏ। ਇਹ ਜਿਹੜਾ ਪਾਠ ਹੈ, ਇਹ ਗੁਰੂ ਖਾਲਸਾ ਜੀ ਸਵਾਮੀ ਬ੍ਰਹਮਦੇਵ ਜੀ ਉਹਨਾਂ ਨੇ ਇੱਕ ਸਰਬਲੋ ਮਹਾਰਾਜ ਦੀ ਪਾਵਨ ਬੀੜ ਦੇਖੀ ਸੀ ਅਤੇ ਉਹ ਬੀੜ ਦੇ ਉਹਨਾਂ ਨੇ ਪਿੱਛੇ ਦੇਖਿਆ ਸੀ ਇਹ ਪਾਠ ਲਿਖਿਆ ਹੋਇਆ ਇਨ ਬਿਨ, ਉਹ ਪਾਠ ਉਹਨਾਂ ਲਿਖ ਕੇ ਨਾਮਧਾਰੀ ਸੰਪਰਦਾ ਨੂੰ ਦਿੱਤਾ ਅਤੇ ਉਹਨਾਂ ਤੋਂ ਅੱਗੇ ਗਿਆਨੀ ਹਰਦੀਪ ਸਿੰਘ ਜੀ ਦੇ ਪਾਸ ਪਹੁੰਚਿਆ ਅਤੇ ਉਹ ਪਾਠ ਦਾਸ ਨੂੰ ਮਿਲਿਆ ਅਤੇ ਦਾਸ ਨੇ ਫਿਰ ਕੁਝ ਪੁਰਾਤਨ ਲਿਖਤਾਂ ਦੇ ਵਿੱਚ ਵੀ ਦਰਸ਼ਨ ਕੀਤਾ। ਜਿਵੇਂ ਇਨ ਬਿਨ ਪਾਠ ਹੈ ਉਸੇ ਤਰੀਕੇ ਦੇ ਨਾਲ ਇਹ ਲਿਖਣ ਦਾ ਯਤਨ ਕੀਤਾ ਹੈ
सुहाओ प्यार दे नाल सरवण करिए। एक ओंकार श्री वाहे गुरु जी की फतेह। सब तो पहला सतगुरु साहब जी मंगला चरण कर। एक जो अद्वैत स्वरूप है ओम सारिया का प्रकाश, क्योंकि जिथे एक ओंकार आ गया उत्थे एक काल पुरख की गल की। शस्त्र काल पुरख का ही रूप ने, काल पुरख की शक्ति ने। ते श्री श्रोमणी जो वाहेगुरु है उसकी ही सारी थावां दे उपर फतेह। महाराज साहब जी ने जदों जंग जितया ते भई जीत मेरी कृपा काल केरी, पौंटी साहब जंग जितया ना महाराज ने ते साहबजादी का अवतार होया। उत्थे महाराज ने कहा सी पा सब तो पहला वाहेगुरु जी का खालसा वाहेगुरु जी की फतेह। उत्थे वाहेगुरु जी की फतेह बुलाई। कोई शंका ना करे भी खालसा पहला नहीं सी हैगा, खालसा दे महाराज ने अमृत छका के बना नहीं, ये खालसा पद पहला भी सी। कहो कबीर जन भये खालसे प्रेम भगत जे जाने। आम ये धारणा बनी है भी करतारपुर वाली भीड़ विच कन्ना नहीं हैगा, दसवें पातशाह ने लाया। ध्यान ना देखो माड़ा जा कन्ना लगा है, थोड़ा जा घट लगा है, जिसे तो यह जापया भी शायद लगा ही नहीं, उहदे च वी खालसे पाठ। छेवें पातशाह जी उन्हां दा एक गुरु खालसा जी हुक्मनामा देखिया सी, उहदे विच महाराज ने काबल कंधार दीआं संगतां नूं खालसा करके लिखिया मेरे खालसा जी। खालसा शब्द पंजवें पातशाह वेले ही हैगा सी, जिन्हों महाराज दसवें पातशाह जी ने वडियाई दित्ती अपने सिखां नूं खालसा शब्द दे के नवाजिया। ये सतगुरु साहब जी ने पौंटा साहब की धरती से उच्चारण किया सी। बाद विच गुरु खालसा जी महाराज ने हरेक बाणी की प्रारंभ के लिखिया श्री वाहेगुरु जी की फतेह। कहिंदे जो भी जंगां दे विच मेरी फतेह हुई है ये वाहेगुरु की कृपा नाल ही हुई है। श्री भगौती जी सहाय। अगे महाराज साहब जी शक्ति का मंगल कर, क्योंकि दो चीजा ने एक शक्ता एक शक्ति। शक्ता गुरु खालसा जी शक्ति तो बिना भी होना है, शक्ति शक्ति तो बिना भी होनी है, दोनों का मेल है। शरीर में एनर्जी नहीं तो शरीर किसी काम का नहीं, ये एनर्जी है शरीर नहीं तो एनर्जी किसी काम की, दोनों का मेल। निराकार दे विच उन्हूं कहिंदे आ चेतन सत्ता, जदों सरगुण का रूप धार लैंदी है तो उन्हूं माया करके भी कहिंदे है, उन्हूं अष्टभुजी भी कहिंदे है, उन्हूं कालका भी कहिंदे है। ते महाराज कलगीधर पातशाह ने उन्हूं कृपान किया, क्योंकि सब तो पहला जिहड़ी शक्ति जदों ब्रह्मा ने जग किया तो वह कृपान रूप हो के प्रगट हुई। ज्ञानी ज्ञान सिंह जी ने लिखिया ना पंथ प्रकाश, उहदे विच देवी दे प्रसंग की गल की भी देवी क्यों प्रगट की महाराज ने नैना देवी की। ये भी एक गुरु खालसा जी विवादित गल है, कोई कहिंदा होई कोई कहिंदा नहीं होई। ज्ञानी ज्ञान सिंह कहिंदा भी महाराज कलगीधर पातशाह बैठे सी, बड़ी सभा लगी सी, इह सिखां दे विच सवाल चल पिया पंडित लोगों विच। पहलियां समयां विच जग हुंदे सी ते देवी देवते प्रगट हुंदे सन, अज कल ना कोई जग कर सकता है ते ना कोई देवी देवता प्रगट हो सकता है। ये पहले समयां दी गल है, अज कल नहीं हो सकता, ये पहलियां समयां च ही हो सकता सी। महाराज कलगीधर पातशाह कहिंदे विधि पूर्वक करे ते अज भी हो सकता है, कहिंदे करके दिखाओ। फिर गुरु खालसा जी वो पंडित आ गया, वो कहन लगा जी तुसी देवी को वरदान लो। उन्हें अडंबर रचिया नैना देवी ते सवा लख की रस्त मंगाई, धूप समगरी मंगाई, पर कोई गल ना बनी। आखिर महाराज साहब जी गए कि साहब जी ने उत्थे जाके चंडी का वार, चंडी की वार का पाठ किया, उगरदंती का पाठ किया, भगौती की वार पढ़ी। पंथ प्रकाश लिखिया छके आदि पुस्तति वरनी गुर जोए, लिखी दसम गुर ग्रंथ मैं जानत गोसिख सोए। उत्थे महाराज ने उगरदंती उच्चारण की, उत्थे महाराज ने एक भगौती की वार उच्चारण की। उत्थे साहब सतगुरु जी ने ब्रह्म कवच भगौती स्तोत्र पढ़िया, सारी समगरी उहदे विच सुट दित्ती। फिर
हवन कुंड दे विचो कृपान प्रगट हो ते महाराज ने धारण कर लिया। जिवें ब्रह्मे ने जग किया तो जो खड़ग निकली सी इदा ही महाराज साहब जी ने वह खड़ग धारण कर लिया। संप्रदावां विच यह भी ख्याल है भी महाराज ने समगरी सुटी ते अपने म्यान विचो कृपान कढ के आख्या भी इहो ही शक्ति है इहो ही प्रगट हुई ऐसा भी ख्याल है तो कृपान महाराज साहब जी ने प्रगट किया। कृपान रूप हो करके सब तो पहला यह परमेश्वर की शक्ति प्रगट हुई सी। माया रूप हो के भी प्रगट हुई जिहड़े सरबलो ग्रंथ विच लिखिया है ना श्री माया लक्ष्मी ये गुरु खालसा जी परमेश्वर की शक्ति की गल है एनर्जी जिन्हों बाबे नानक ने कहा है कुदरत कवन कहा विचार वारिया ना जावा एक बार जो तुद भावै साई भली कार तू सदा सलामत निरंकार। क्योंकि फारसी का शब्द है कादर ते कुदरत कादर मैंने शक्ता ते कुदरत मैंने शक्ति शक्ता शक्ति तो बिना ठीक नहीं है वह रह नहीं सकता उसकी जुड़ता है वह मेल दसम विच आउंदी है ना देवी जुकी उस्तत कई कहंदे असी नहीं मानते दसम नूं इह देवी दी उस्तत कीती वह देवी कहड़ी है देव गुरु खालसा जी वाहिगुरु का नाम है प्रकाश रूप है वाहिगुरु नूं देव कहंदे उहदी शक्ति नूं देवी कहंदे ते गुरु ग्रंथ साहिब विच इक शब्द आया है भगवंत वाहिगुरु अकाल पुरख नूं भगवंत आख्या ओदी जिहड़ी शक्ति है ओदा नाम की है भगवती आखू सतनाम श्री वाहे परमेश्वर की शक्ति हवन कुंड विचों केड़ी पैदा हुई की रूप सी कृपान दा रूप क्षत्री जिहड़े ने वो गुरु खालसा जी कृपान नूं शक्ति वेदांती कहिंदे ने वो चेतन सत्ता है वो चेतन सत्ता करके कहिंदे भगती वाले कहिंदे वो जोत रूप हो के वरत रही सारे जिहड़े क्षत्री ने वह कहिंदे खड़ग रूप हो गए कृपान रूप हो गए वरत रहे ते महाराज क्षत्री सी तां ही उन्हां कहा प्रथम भगवती सिमर मैं शक्ति नूं पहला सिमरना कृपान नूं पहला सिमरना कृपान उहदी शक्ति है ते साहिब जी उपर शक्ति नूं कहिंदे आ वाहिगुरु जी की फतेह ते थले शक्ति नूं कहिंदे श्री भगवती जी सहाय अथ भगवती ब्रह्म कवच लिखिते ते हुण महाराज कहिंदे भी असीं भगवती ब्रह्म कवच लिखो भगवती नाम कृपाण दा कृपाण दे 32 नाम जिहड़े ब्रह्मा जी ने लए ते कृपाण दा कवच बनाया ओह असीं लिखदे हां पातशाही दसवीं ओह दसवें पातशाह गुरु